ਤਾਂ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਨੋਟੀਫਿਕੇਸ਼ਨ ਸਾਨੂੰ ਪਹਿਲਾਂ ਜੀ। ਬਹੁਤ ਦਿਨ ਹੋ ਗਏ ਦੇ ਕਮੈਂਟ ਮਾਂ ਵੀਰਾਂ ਕੇ ਮੈਸੇਜ ਆਏ ਕਰਾਂ ਦੇ ਬਾਈ ਫਾਈਬਰ ਛਤਰੀ ਲਵਾ ਲਓ ਫਾਈਬਰ ਛਤਰੀ ਲਵਾ ਲਓ। ਅੱਜ ਬਾਈ ਫਿਰ ਜੂੜ ਵੱਡੇ ਦੀ ਆ, ਅੱਜ ਜਾ ਰਹੇ ਹਾਂ ਫਾਈਬਰ ਛਤਰੀ ਲਵਾਉਣ। ਮੇਰੇ ਗੱਲ ਹੈਗਾ ਅਮਨ ਔਰ ਵਿਸ਼ਾਲ, ਹਮੇ ਕਿੱਥਾ ਜਾਵਾਂਗੇ ਛਤਰੀ ਲਵਾਉਣ ਔਰ ਕਿੰਨੇ ਕੀ ਛਤਰੀ ਲਵਾਗੀ ਬਾਈ, ਤੁਹਾਨੂੰ ਵੀਡੀਓ ਮੈਂ ਸਾਰਾ ਦੱਸ ਦੇਂਗੇ, ਫੁੱਲ ਵੀਡੀਓ ਦੇਖ ਲਿਓ, ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਿਲੋਂ ਧੰਨਵਾਦ ਹੈ। ਜਿਸ ਤਰ੍ਹਾਂ ਕਿ ਅੱਜ ਸਾਨੂੰ ਬਾਈ ਥੰਬਨੇਲ ਤੇ ਪਤਾ ਲੱਗ ਗਿਆ ਹੋਣਾ ਆਪਾਂ ਫਾਈਬਰ ਛਤਰੀ ਲਵਾਈ ਹੈ, 800 ਆਪਣੇ 855 ਟਰੈਕਟਰ ਵਾ। ਤਾਂ ਛਤਰੀ ਲਵਾਉਣ ਵਾਸਤੇ ਮੈਂ ਬਹੁਤ ਦੂਰ ਚੱਲਿਆ ਆ, 100 ਕਿਲੋਮੀਟਰ ਘੱਟੋ ਘੱਟ ਆਪਣੇ ਪਿੰਡ ਦੇ। ਮੈਂ ਆ ਗਿਆ ਸਮਾਣਾ ਜੱਸੀ ਵਾ, ਜੱਸੀ ਸਮਾਣਾ ਛਤਰੀਆਂ ਵਾਲਾ, ਬਹੁਤ ਸਪੈਸ਼ਲਿਸਟ ਜਿਹਨੂੰ ਕਹਿੰਦੇ ਆ, ਬਹੁਤ ਬਾਈ ਮਸ਼ਹੂਰ ਥਾ। ਮੈਂ ਬਹੁਤ ਵੀਰਾਂ ਦੇ ਪੁੱਛਿਆ ਤਾਂ ਬਾਈ ਫਾਈਬਰ ਛਤਰੀ ਲਵਾਉਣੇ ਕਿੱਥੇ ਦੇ ਲਵਾਵਾਂ, ਤਾਂ ਬਹੁਤ ਵੀਰਾਂ ਗਏ ਰਿਕਮੈਂਡ ਕਰਿਆ ਤਾਂ ਜੱਸੀ ਵਾ ਸਮਾਣੇ ਦੇ। ਤਾਂ ਬਾਈਆਂ ਵਾ ਬਹੁਤ ਵਧੀਆ ਸਮਾਨ ਆ ਔਰ ਜਾਇਜ਼ ਰੇਟ ਆ ਬਾਈ ਜੀ। ਉਹ ਨਹੀਂ ਹੈ ਵੀ ਦੂਰ ਤੇ ਚੱਲ ਕੇ ਆ ਗਏ ਫਸ ਗਏ ਵੀ ਛਿੱਲ ਤਾਰਨੀ, ਉਹ ਵਾਲਾ ਕੰਮ ਨਹੀਂ, ਬਹੁਤ ਜਾਇਜ਼ ਰੇਟ ਬਾਈ। ਸਾਰੇ ਸਮਾਨ ਲਾਵਾਂ ਤੁਹਾਨੂੰ ਅੰਦਰ ਵੀ ਦਿਖਾਵਾਂਗੇ ਬਾਈਆਂ ਵਾ ਕਿਆ ਕਿਆ ਆ। ਔਰ ਬਾਈ ਟਰੈਕਟਰ ਵੀ ਤਿਆਰ ਹੋ ਰਹੇ ਬਾਈਆਂ ਵਾ, ਇੱਕ 855 ਆਪਣਾ ਖੜ੍ਹਾ, ਇੱਕ ਦੂਸਰਾ ਖੜ੍ਹਾ ਟਰੈਕਟਰ। ਅਤੇ ਬਾਈਆਂ ਵਾ ਦਿਖਾਵਾਂਗੇ ਜਿਹੜੀ ਆਪਣੀ ਸਿੰਪਲ ਛਤਰੀਆਂ, ਸਿੰਪਲ ਛਤਰੀਆਂ ਵੀ, ਔਰ ਜੇ ਕਿਸੇ ਨੂੰ ਫਾਈਬਰ ਵਾਲੀ ਛਤਰੀ, ਦੂਸਰੀ ਜਿਹੜੀ ਡਾਊਨ ਸੀਲਿੰਗ ਵਾਲੀ ਚੱਲ ਰਹੀ ਆ, ਡਾਊਨ ਸੀਲਿੰਗ ਵਾਲੀ ਲੱਗ ਰਹੀ ਆ ਆਪਣੇ ਵੱਲ, ਦੇਖੋ ਸਿੰਪਲ ਛਤਰੀ ਲੱਗ ਰਹੀ ਆ ਵੀਰੇ ਵੱਲ, ਦੂਸਰੇ 855 ਵਾ ਜਿਹੜੀ ਲੱਗ ਰਹੀ ਆ ਉਹ ਛਤਰੀ ਲੱਗ ਰਹੀ ਆ, ਜਿਹੜੀ ਅੱਜ ਕੱਲ੍ਹ ਚੱਲ ਰਹੀ ਆ ਡਾਊਨ ਸੀਲਿੰਗ ਵਾਲੀ। ਜਿਹੜੀ ਡਾਊਨ ਸੀਲਿੰਗ ਵਾਲੀ ਛਤਰੀ ਹੈਗੀ ਆ ਵੀਰੇ, ਉਸਕਾ ਵੀ ਵਾਜਬ ਰੇਟ ਆ। ਦੇਖੋ ਬਾਈ ਉੱਪਰ ਤੁਹਾਨੂੰ ਕੰਮ ਦੇ ਸਕਾਂ, ਔਰ ਛਤਰੀ ਲੱਗ ਰਹੀ ਆ, ਅੰਦਰ ਦਿਖਾਉਂਦੇ ਹਾਂ ਤੁਹਾਨੂੰ ਬਾਈ, ਆ ਜਾਓ। ਦੇਖੋ ਬਾਈ ਬੰਫਰ ਵੀ ਆ, ਜਿਹੜੇ ਬੰਫਰ ਆ ਦੇਖੋ ਹੈਵੀ ਪਲੇਟ ਵਾਲੇ ਬੰਫਰ ਆ, ਬੜੇ ਮਸ਼ਹੂਰ ਹੋ ਰਹੇ ਆ ਔਰ ਚਲਾ ਰਹੇ ਹਾਂ। ਦੇਖੋ ਮੇਰੇ ਏਰੀਏ ਮਤਲਬ ਇਨਕਾ ਰੇਟ ਹੈ 135 ਰੁਪਏ ਕਿਲੋ, ਪਰ ਬਾਈ ਜਿਹੜਾ ਅੱਜ ਕੀ ਰੇਟ ਆ, ਅੱਜ ਕੀ ਡੇਟ ਮਾਇਆ, ਉਹ ਬਾਈ ਅੱਜ ਵੀ 100 ਰੁਪਏ ਕਿਲੋ ਨੂੰ ਬੰਫਰ ਲਾ ਰਿਹਾ। ਬਹੁਤ ਹੈਵੀ ਪਲੇਟ ਆ, ਹੈਵੀ ਡਿਊਟੀ ਬੰਫਰ ਆ, ਔਰ ਜਿਹੜੀ ਛਤਰੀਆਂ ਵਾ ਲੱਗਣ ਵਾਲੀ ਪਲੇਟਾਂ ਆ, ਇਹਨਾਂ ਮੈਂ ਕੋਈ ਬੈਲਡਿੰਗ ਨਹੀਂ ਕਰੀ ਹੋਈ ਆ, ਲੇਜ਼ਰ ਗੇਲ ਕਟਿੰਗ ਕਰੀ ਹੋਈ, ਬਹੁਤ ਸੋਹਣੀ ਲੱਗਾਂ ਦੇਖਣੇ, ਮੈਂ ਤੁਹਾਨੂੰ ਦੇਖ ਸਕਾਂ ਬਾਈ। ਬਾਕੀ ਬਾਈ ਵਾ ਲੈਟਾਂ, ਬਾਈ ਵਾ ਡੈੱਕ, ਤਾਂ ਬਾਈ ਤੁਹਾਨੂੰ ਕੁਛ ਵੀ ਜਿਹੜਾ ਟਰੈਕਟਰ ਗਾ ਆਲ ਓਰੀਜਨਲ ਅਸੈਸਰੀ ਹੋਵਾ ਜਿਹੜੀ, ਉਹ ਸਭ ਕੁਛ ਲਵਾ ਸਕਾਂ ਬਾਈ ਵਾਦੇ। ਦੇਖੋ ਛਤਰੀਆਂ ਮੈਂ ਵੀ ਪੜੀ ਹਾਂ, ਬਾਕੀ ਤੁਹਾਨੂੰ ਪਿੱਛਾ ਚਲਾਂ, ਤੁਹਾਨੂੰ ਗੋਦਾਮ ਮੈਂ ਥੋੜ੍ਹਾ ਦਿਖਾ ਦੂੰਗਾ ਇੰਟਰੋ ਬਾਈ। ਤੁਹਾਨੂੰ ਮੈਂ ਦਿਖਾਵਾਂ ਅੰਦਰ ਗੋਡਾਊਨ ਮਾ ਗਿਆ ਤਾ, ਜਹਾਂ ਛਤਰੀਆਂ ਪੜੀਆਂ ਸਾਰੀ ਤਰ੍ਹਾਂ ਗੀ, ਔਰ ਬਾਈ ਦੇ ਪ੍ਰਾਈਜ਼ ਵੀ ਦੱਸੂੰਗਾ ਤੁਹਾਨੂੰ, ਕਿੰਨੀ ਪ੍ਰਾਈਜ਼ ਮਾ, ਕਿੰਨੀ ਕਿਹੜੀ ਕਿਹੜੀ ਛਤਰੀ ਗਾ, ਕਿਆ ਕਿਆ ਰੇਟ ਆ, ਔਰ ਕਿਆ ਕਿਆ ਉਸਕੇ ਵਿੱਚ ਮੈਂ ਅਸੈਸਰੀ ਮਿਲਾਂਗੀ, ਅਸੈਸਰੀ ਦਾ ਕਿਆ ਰੇਟ ਆ। ਹਾਂਜੀ ਬਾਈ ਜੀ, ਆ ਜਾਓ, ਸਤਿ ਸ਼੍ਰੀ ਅਕਾਲ ਬਿਜਲੀ। ਜਿਹੜੀ ਆਪਣੀ ਉਹ ਸਵਰਾਜ ਗੀ ਇਸ ਛਤਰੀ ਦਿਖਾ ਦੇ ਬਾਈ ਇੱਕ ਵਾਰੀ, ਕੈਮਰੇ ਮੈਨ ਵਧੀਆ ਦਿਖਾ ਦੀ, ਇਹੋ ਕਿਆ ਨਾਮ ਹੈ ਇਸ ਛਤਰੀ ਦਾ ਔਰ ਕਿੰਨਾ ਪ੍ਰਾਈਜ਼ ਪੜਾਗਾ ਇਸ ਦਾ? ਇਹਦਾ ਨਾਮ ਵੀਰੇ ਸੁਪਰ ਟੌਪ ਛਤਰੀ ਹੈ ਇਹ। ਸੁਪਰ ਟੌਪ? ਹਾਂਜੀ। ਅੱਛਾ ਜੀ, ਕੁਆਲਿਟੀ ਹੈ ਵਧੀਆ। ਅੱਛਾ, ਇਹਦੇ ਨਾਲ ਐਕਸੈਸਰੀ ਆ ਜੋ 4 ਲਾਈਟਾਂ, ਅੱਛਾ ਜੀ, 32 ਸ਼ੀਸ਼ੇ, ਹੈਂਡਲ, ਵਾਇਰਿੰਗ ਵੂਰਿੰਗ ਕਰਕੇ ਕੰਪਲੀਟ, ਇਹਦਾ ਰੇਟ 15,000 ਰੁਪਏ। ਅੱਛਾ ਜੀ, ਬਾਈ ਨੇ ਦੱਸਿਆ ਇਸ ਕੇ ਗੱਲ ਛਤਰੀ ਗੱਲ ਸਾਰਾ ਹੀ ਕੁਛ, ਲਾਈਟਾਂ ਜਿਹੜੇ ਮੀਰਰ ਆ ਪਿੱਛਾ ਦੇਖਣੇ ਵਾਸਤਾ, 32 ਸਾਰੀ ਵਾਇਰਿੰਗ ਕਰਕੇ ਆਇਓ, ਆਪਾਂ ਨੂੰ 15,000 ਰੁਪਏ ਕੀ ਪੜਾਗੀ। ਕਿਆ ਨਾਮ ਹੈ ਇਸ ਛਤਰੀ ਦਾ ਬਾਈ? ਸੁਪਰ ਟੌਪ ਹੈ ਜੀ ਇਹਦਾ ਨਾਮ। ਸੁਪਰ ਟੌਪ, ਔਰ ਜਿਹੜੀ ਅੱਗਾ ਚਲੀ ਗਈ ਬਾਈ ਅਰਜੁਨ ਦਿਖ ਰਿਹਾ ਇਸ ਟਰੈਕਟਰ, ਇਸ ਵਾਰ ਛਤਰੀ ਪਰ ਲਿਖਿਆ ਹੋਇਆ ਇਹ ਟੌਪ ਮਾਡਲ ਹੈ ਜੀ। ਅੱਛਾ ਜੀ, ਉਹ ਸੁਪਰ ਟੌਪ ਆ ਗਈ, ਇਹ ਟੌਪ ਮਾਡਲ ਆ। ਅੱਛਾ ਜੀ, ਛਤਰੀ ਸਾਰੀ ਉਹੀ ਆ, ਸਿਰਫ ਇਹਦਾ ਮਾਡਲ ਦਾ ਫਰਕ ਹੈ ਜੀ। ਅੱਛਾ ਜੀ, ਆਹ ਕਿੰਨਾ ਕਿਆ ਰੇਟ ਆ ਬਾਈ ਇਸ ਦਾ? ਰੇਟ 14,000 ਰੁਪਏ ਜੀ, ਉਹਦੇ ਨਾਲ 1,000 ਰੁਪਇਆ ਆਪਣਾ ਲੈਸ ਹੋ ਗਈ, ਘੱਟ ਹੋ ਗਿਆ, ਮਤਲਬ ਉਹ ਸੁਪਰ ਟੌਪ ਤਾਂ ਇਹ ਟੌਪ ਮਾਡਲ ਹੋ ਗਿਆ। ਅੱਛਾ ਜੀ, ਇੱਕ ਇਹ ਮਾਡਲ ਆ ਹੌਲੈਂਡ ਟਾਈਪ ਆ ਜਾਂਦੀ ਜੀ। ਅੱਛਾ ਜੀ, ਸਿੰਪਲ ਜਿੱਦਾਂ ਦੀ ਆਹ ਪਈ ਆ। ਠੀਕ ਆ ਜੀ, ਅਤੇ ਇਹ ਸਿੰਪਲ ਹੈ 9,000 ਰੁਪਏ ਜੀ। ਅੱਛਾ ਜੀ, ਵਿਦਆਊਟ ਅਸੈਸਰੀ 9,000 ਰੁਪਏ ਕੀ ਪੜਾ ਗਿਆ ਆਪਾਂ ਨੂੰ? ਇਹ ਆਪਣੇ ਟਰੈਕਟਰ ਵਜੋਂ ਤੁਸੀਂ ਛਤਰੀ ਲੱਗ ਰਹੀ ਆ, ਉਹੀ ਛਤਰੀ ਆ? ਔਰ ਜਿਹੜੇ ਨੇ ਸਲੰਸਰ ਦੇਖ ਰਿਹਾ, ਬੰਬ ਦੇਖ ਰਿਹਾ ਬਾਈ, ਬੰਫਰ ਪੜੇ ਆ ਇਨਕਾ ਬਾਈ ਕੁਛ ਸਲੰਸਰ ਸਟੀਲ ਦੇ ਨੇ ਜੀ। ਅੱਛਾ ਜੀ, ਇਹ ਆਪਣਾ 2100-2200 ਰੁਪਏ ਦੀ ਰੇਂਜ 'ਚ ਨੇ। ਅੱਛਾ, ਸਟੀਲ ਦਾ ਬਾਈ, ਕਾਲਾ ਨਹੀਂ ਹੋਣੇਗਾ ਇਹ? ਨਹੀਂ, ਕਾਲਾ ਨਹੀਂ ਹੁੰਦਾ ਜੀ। ਠੀਕ ਹੈ, ਔਰ ਨੇ ਜਿਹੜੇ ਬੰਫਰ ਆ ਬਾਈ? ਬੰਫਰ ਜੀ ਆਪਾਂ ਨੇ ਲੋ ਹਰ ਇੱਕ ਤਰ੍ਹਾਂ ਦਾ ਮਿਲ ਜਾਂਦਾ, ਲੌਂਗ, ਅੱਛਾ, ਸਾਰੇ ਮਿਲ ਜਾਂਦੇ ਨੇ, ਪਲੇਟ ਵਾਲਾ, ਸਿੰਪਲ, ਠੀਕ ਹੈ, ਡੀਜ਼ਲ ਸਭ ਮਿਲ ਜਾਂਦੇ ਨੇ ਜੀ। ਠੀਕ ਆ। ਅੱਛਾ, ਇਹ ਬਾਈ ਦੇਖੋ ਸਟੀਲ ਕੇ ਬੰਫਰ ਆ ਜਿਹੜੇ ਅੱਜ ਕੱਲ ਚੱਲ ਰਹੇ ਆ, ਜੋ 2,000-2,200 ਦੀ ਰੇਂਜ ਮੈਂ ਮਿਲ ਜਾਏਗਾ ਆਪਾਂ ਨੂੰ, ਉਹ ਜੈਸੇ ਹਿਸਾਬ ਕਿਤਾਬ ਹੋਵਾਗਾ। ਅੱਛਾ, ਜਿਹੜਾ ਬਈ ਰੰਗ ਆ, ਜਿਸ ਤਰ੍ਹਾਂ ਆਪਾਂ ਹਰੀ ਦੇਖ ਰਹੇ ਹਾਂ, ਲਾਲ ਦੇਖ ਰਹੇ ਹਾਂ, ਇਹ ਰੰਗ
ਜਦੀ ਕਰਕਾ ਦੇ ਦੇ ਆ ਕਿ ਪਹਿਲੀ ਕਰਕਾ ਰੱਖ ਲਿਆ ਮਤਲਬ ਫਿਲਹਾਲ ਤਾਂ ਸਾਡੇ ਲਈ ਤਿਆਰ ਹੁੰਦੀਆਂ ਨੇ ਜੀ ਅੱਛਾ ਜੀ ਕਈ ਵਾਰੀ ਹੁਣ ਜਿਵੇਂ ਮਾਲ ਆਪਾਂ ਭੇਜ ਦਿੰਦੇ ਹਾਂਗੇ ਅੱਛਾ ਜੀ ਆਪਣਾ ਲੱਗ ਜਾਂਦਾ ਗਾ ਫਿਰ ਉਸ ਹਿਸਾਬ ਨਾਲ ਮੌਕੇ ਤੇ ਜਿਵੇਂ ਤਿਆਰ ਕਰਨੀ ਪੈਂਦੀ ਆ ਉਵੇਂ ਕਰ ਸਕਦੇ ਹਾਂ ਪਰ ਫਿਲਹਾਲ ਆਪਣੇ ਲਈ ਤਿਆਰ ਮਿਲੂ ਦੇਖੋ ਬਾਈਆਂ ਬਸ ਸਾਰਾ ਸਟਾਕ ਪੜਿਆ ਐਸੀ ਬਾਤ ਨਹੀਂ ਹੈ ਜੇ ਤੁਹਾਨੂੰ ਦੂਰ ਤੇ ਆਵਾਂਗੇ ਤੁਹਾਨੂੰ ਉਹ ਫੀਲ ਨਹੀਂ ਹੋਣੇਗਾ ਵੀ ਕੋਈ ਚੀਜ਼ ਹੈ ਨਹੀਂ ਸਾਰਾ ਕੁਝ ਦੇਖੋ ਬਾਈਆਂ ਰੱਖ ਗਿਆ ਆ ਇੱਧਰ ਦੇਖ ਲਓ ਯੂ ਕਿਤਨੇ ਪੜੇ ਆ ਬਹੁਤ ਗਿਣਤੀ ਮਾਂ ਬੜੀ ਗਿਣਤੀ ਮਾਂ ਇਹ ਨਹੀਂ ਹੈ ਵੀ ਜੇ ਤੁਹਾਨੂੰ ਆ ਗਏ 8-10 ਲਵਾਣੀਆਂ ਤਾਂ ਤੁਹਾਨੂੰ ਕੋਈ ਘਾਟਾ ਪੜਾਗਾ ਬਾਈ ਆਪ ਰੰਗ ਕਰ ਰਹੇ ਹਾਂ ਹੋਰ ਸਾਰਾ ਸਾਰਿਆਂ ਨੂੰ ਬਾਈ ਆਪ ਰੰਗ ਕਰ ਰਹੇ ਹਾਂ ਸਾਰਾ ਸਮਾਨ ਆਪ ਤਿਆਰ ਕਰ ਰਹੇ ਹਾਂ ਫਾਈਬਰ ਵੀ ਆਪਾਂ ਆਪ ਤਿਆਰ ਕਰਦੇ ਹਾਂ ਅੱਛਾ ਜੀ ਜਿਸ ਕਰਕੇ ਬਾਈ ਰੇਟ ਆ ਜਿਹੜਾ ਬਹੁਤ ਜਾਇਜ਼ ਰੇਟ ਲੱਗਿਆ ਆਪਾਂ ਨੂੰ ਦੇਖੋ ਇਹ ਵੇਟ ਬਾਈ ਫਾਈਬਰ ਵੇਟ ਆ ਪਲਾਸਟਿਕ ਕੇ ਦੇਖੋ ਬਾਈ ਸ਼ੋਅ ਵਾਸਤੇ ਨਾ ਸਿਰਫ ਜੇ ਕਿਸੇ ਨੂੰ ਵੈਸੇ ਟੈਂਪਰੇਰੀ ਚਾਹੀਦੇ ਆ ਬਾਈ ਜੀ ਆਪਣੇ ਨਾਲ ਹੈ ਜੱਸੀ ਵੀਰ ਜੀ ਜਿਨ੍ਹਾਂ ਦਾ ਇਹ ਸਾਰਾ ਸਟੋਰ ਹੈ ਅਤੇ ਬਾਈ ਗੱਲ ਬਾਤ ਕਰਾਂ ਆਪਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ ਵੀਰੇ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਵੀਡੀਓ ਸਾਡੀ ਵੀਡੀਓ ਲਈ ਟਾਈਮ ਕੱਢ ਕੇ ਬਾਈ ਕੋਲ ਟਾਈਮ ਨਹੀਂ ਵਾਧੂ ਟਰੈਕਟਰ ਖੜ੍ਹੇ ਆ ਕੰਮ 'ਤੇ ਕੰਮ ਚੜਿਆ ਪੜਿਆ ਪਰ ਬਾਈ ਨੇ ਜਿਹੜਾ ਆਪਣਾ ਕੀਮਤੀ ਸਮੇਂ ਮੇਰੇ ਟਾਈਮ ਕੱਢ ਕੇ ਵੀਡੀਓ ਵਾਸਤੇ ਟਾਈਮ ਕੱਢਿਆ ਬਾਈ ਤੁਹਾਡਾ ਵੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਐਡੀ ਦੂਰੋਂ ਚੱਲ ਕੇ ਆਏ ਕਨਮਾਣੇ ਜਿਹਾ ਜਿਹੜਾ ਐਡੀ ਦੂਰ ਚੱਲ ਕੇ ਆਉਣ ਦਾ ਰੀਜ਼ਨ ਹੈ ਉਹ ਬਾਈ ਰੀਜ਼ਨ ਹੈਗਾ ਬਾਈ ਦਾ ਪਿਆਰ ਬਾਈ ਦਾ ਸੁਭਾਅ ਬਾਈ ਦੀ ਬੋਲੀ ਔਰ ਬਾਈ ਦਾ ਕੰਮ ਸਾਰਿਆਂ ਦੀ ਬੜੀ ਚੀਜ਼ ਆ ਬਾਈ ਦਾ ਕੰਮ ਉਹ ਬਾਈ ਦਾ ਕੰਮ ਮੈਂ 100 ਕਿਲੋਮੀਟਰ 'ਤੇ ਤੱਕ ਖਿੱਚ ਲਿਆ ਠੀਕ ਹੈ ਹਾਂਜੀ ਉਹ ਤੁਹਾਡਾ ਸਾਰਾ ਅਸੀਂ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਵਾਜਬ ਰੇਟ ਹੈ ਬਾਈ ਜੀ ਦਾ ਆਪਣੇ ਕੋਲ ਕਿੰਨੇ ਤੋਂ ਛਤਰੀ ਸ਼ੁਰੂ ਹੁੰਦੀ ਹੈ ਅਤੇ ਕਿੰਨੇ ਤੱਕ ਲਾਸਟ ਵੀਰ ਜੀ ਆਪਣਾ ਜਿਹੜੀ ਸਟਾਰਟਿੰਗ ਹੈ ਛਤਰੀ ਦੀ ਉਹ 8,000 ਤੋਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਜੌਂਡੀਅਰ ਵਾਲਾ ਮਾਡਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਹੋਲੈਂਡ ਵਾਲਾ ਆ ਜਾਂਦਾ ਉਹ ਤੋਂ ਉੱਪਰ ਠੀਕ ਉਹ 9,000 ਰੁਪਏ ਦੀ ਹੈ ਜੀ ਠੀਕ ਫਿਰ ਇੱਕ ਟੌਪ ਮਾਡਲ ਹੈ ਉਹ 13,014 ਇੱਕ 16,18 ਬਾਕੀ ਇਹਨਾਂ ਦਾ ਕੋਈ ਰੇਟ ਨਹੀਂ ਹੈ ਵੀਰ ਜੀ ਤੁਸੀਂ ਜਿੰਨਾ ਮਰਜ਼ੀ ਆਈਟਮ ਲਾਵਾ ਕੇ ਵਧਾ ਸਕਦੇ ਹੋ ਰੇਟ ਠੀਕ ਹੈ ਜੀ ਫਿਰ ਡੋਲ ਸੀਲਿੰਗ ਆ ਗਈਆਂ ਵੀਰ ਜੀ ਠੀਕ ਹੈ ਜੀ ਜੇਕਰ ਤੁਸੀਂ ਪੁਰਾਣੀ ਛਤਰੀ ਨੂੰ ਲਵਾਉਣਾ ਚਾਹੁੰਦੇ ਹੋ ਤਾਂ 8,500 ਰੁਪਇਆ ਰੇਟ ਹੈ ਵੀਰ ਜੀ ਆਪਣਾ ਨਹੀਂ 17,500 ਦੇ ਵਿੱਚ ਅਸੀਂ ਹੋਲੈਂਡ ਟਾਈਪ ਮਾਡਲ ਬਿਲਕੁਲ ਰੈਡੀ ਕਰਕੇ ਦਿੰਦੇ ਹਾਂ ਮਾਡਲ ਜਿਵੇਂ ਦਾ ਕਹੋਗੇ ਉਵੇਂ ਦਾ ਤਿਆਰ ਕਰ ਦਾਂਗੇ ਡੋਲ ਸੀਲਿੰਗ ਬਾਕੀ ਪਲੇਟ ਵਾਲੇ ਬੰਪਰ ਆ ਗਏ ਵੀਰ ਜੀ ਆਪਣੇ ਲਵੇ ਹਾਂਜੀ ਮੈਂ ਹਾਂਜੀ ਅਸੀਂ ਬਾਕੀ ਤੁਹਾਡੇ ਪਿਆਰ ਕਾਰਨ ਕੋਈ ਦਿੱਕਤ ਵਾਲੀ ਗੱਲ ਨਹੀਂ ਰੇਟ ਦੀ ਜਦ ਮਰਜ਼ੀ ਆਓ ਵੀਰ ਜੀ ਤੁਹਾਡਾ ਕੋਈ ਨਾਮ ਲੈ ਕੇ ਆਊਗਾ ਉਹਨੂੰ ਸਪੈਸ਼ਲੀ ਇਹ ਅਸੀਂ ਸ਼ੂਟ ਕਰਾਂਗੇ ਦੇਖੋ ਬਾਈ ਦਾ ਪਿਆਰ ਔਰ ਬਾਈ ਨੇ ਦੇਖੋ ਕਿੱਡੀ ਬੜੀ ਬਾਤ ਕਹਿ ਦੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਵਾਗਾ ਬਾਈ ਆਪਣਾ ਨਾਮ ਲਏਗਾ ਬਾਈ ਸਪੈਸ਼ਲ ਉਸਨੂੰ ਡਿਸਕਾਊਂਟ ਵੀ ਦੇਣਗੇ ਤਾਂ ਇਹ ਬਾਈਆਂ ਕੀ ਖਾਸੀਅਤ ਜਿਹੜੀ ਮੈਨੂੰ ਖਿੱਚ ਲਿਆਈ ਉਹ ਬਾਈਆਂ ਦਾ ਪਿਆਰ ਆ ਪਿਆਰ ਖਿੱਚ ਰਿਹਾ ਬਾਈਆਂ ਦਾ ਬਾਕੀ ਥੰਮੇ ਵੀ ਬਾਈ ਜਿਸ ਨੇ ਕਿਸੇ ਨੇ ਵੀ ਕੋਈ ਵੀ ਸਮਾਨ ਲਾਉਣਾ ਫਾਈਬਰ ਛਾਤਰੀ ਹੋ ਗਈ ਜਾਂ ਕੁਛ ਹੋਰ ਮਗਰਾਟ ਹੋ ਗਏ ਬੰਫਰ ਹੋ ਗਏ ਤਾਂ ਬਾਈ ਜੱਸੀ ਸਮਾਨ ਵਾਲੇ ਨੂੰ ਤਾਂ ਥੰਮੇ ਇੱਕ ਵਾਰੀ ਕੰਟੈਕਟ ਕਰ ਲਓ ਬਾਈ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਮੈਂ ਹੀ ਪਾ ਦੂੰਗਾ ਔਰ ਤੁਹਾਨੂੰ ਵੈਸੇ ਵੀ ਦੇ ਦੂੰਗਾ ਬਾਈ ਦੇਖ ਸਕਾਂ ਬਾਈ ਉਹ ਨਹੀਂ ਹੈ ਵੀ ਕਹੀਂ ਦੇ ਪਰਚੇਜ ਕਰ ਰਿਹਾ ਸਮਾਨ ਬਾਈ ਆਪ ਖੁਦ ਬਣਾ ਰਿਹਾ ਆ ਆਪ ਸਾਰਾ ਕੁਛ ਜਿਹੜੀ ਵਰਕਸ਼ਾਪ ਮਾਂ ਆਪ ਤਿਆਰ ਕਰ ਰਹੇ ਹਾਂ ਜਿਸ ਕਾਰਨ ਬਾਈ ਦਾ ਜਿਹੜਾ ਰੇਟ ਹੈ ਉਹ ਹੋਰ ਬਾਜ਼ਾਰ ਮਾਂ ਦੇ ਜਿਹੜੇ ਲਾਣੇ ਵਾਲੇ ਆ ਬੈਠੇ ਆ ਸਮਾਨ ਤਾਂ ਉਹ ਤਾਂ ਬਾਈ ਥੋੜ੍ਹਾ ਜਿਹਾ ਰੇਟ ਸਸਤਾ ਆ ਉਹ ਇਸੇ ਕਰਕੇ ਸਸਤਾ ਹੈ ਕਿਉਂਕਿ ਨੇ ਆਪ ਬਣਾ ਰਹੇ ਦੇਖੋ ਵਿਦਆਊਟ ਰੰਗ ਪੜੇ ਆ ਸਾਰੇ ਉਹ ਮਿੱਤਰੋ ਆਪਣਾ ਟਰੈਕਟਰ ਹੋ ਗਿਆ ਰੈਡੀ ਫੁੱਲ ਤੁਹਾਨੂੰ ਫਾਈਬਰ ਵੁੱਡ ਦੱਸੀ ਸੀ ਜਿਹੜੀ ਇਹ ਵੀਰੇ ਉਹ ਵਿਦਆਊਟ ਅਸੈਸਰੀ 9,000 ਰੁਪਏ ਕੀ ਆ 1,000 ਰੁਪਏ ਕੀ ਬਾਰ ਲਾਈਟ 800 ਰੁਪਏ ਦਾ ਪੱਖਾ 600 ਰੁਪਏ 500-600 ਰੁਪਏ ਕੀ ਪਿਛਲੀ ਲਾਈਟਾਂ ਜਿਹੜੀ ਲੱਗੀ ਹੋਈਆਂ ਬਾਈ ਹੋਰ ਪਿੱਛੇ ਦੇ ਵੀ ਦਿਖਾ ਦੂੰਗਾ ਬਾਈ ਦਾ ਕੰਟੈਕਟ ਆ ਜਿਹੜਾ ਆਪਾਂ ਨੇ ਜੱਸੀ ਦੇ ਦਵਾਈ ਆ ਬਾਈ ਦਾ ਦੇਖ ਲਓ ਬਾਈ ਸਪੋਰਟਾਂ ਮਗਰਾਟ ਨਾ ਹਿੱਲਾਂ ਫੁੱਲ ਹੈ ਵਧੀਆ ਕੰਮ ਕਰ ਕਰਦੀ ਆ ਬਾਈ ਬਾਕੀ ਮਿੱਤਰੋ ਜੇ ਕਿਸੇ ਨੇ ਵੀ ਕੋਈ ਵੀ ਸਮਾਨ ਜੱਸੀ ਵੀਰੇ ਤੋਂ ਲਵਾਉਣਾ ਤਾਂ ਆਪਣਾ ਨਾਮ ਲੈ ਦਿਓ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਅਤੇ ਫਾਈਬਰ ਛਾਤਰੀ ਲਵਾਉਣ ਤੋਂ ਬਾਅਦ ਟਰੈਕਟਰ ਕਿਵੇਂ ਦਾ ਲੱਗਿਆ ਉਹ ਵੀ ਕਮੈਂਟ ਕਰਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਦੱਬ ਕੇ।